ਪਟਿਆਲਾ ਟ੍ਰੈਫਿਕ ਪੁਲਿਸ ਦੁਆਰਾ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਾਸ ਕਰਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਰੋਕ ਕੇ ਉਹਨਾਂ ਦੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਬਹੁਤ ਸਾਰੇ ਬੱਚੇ ਜਿੱਦਾਂ ਕਿ ਅੰਡਰੇਜ ਆ, ਜੇਕਰ ਉਹ ਚਲਾ ਰਿਹਾ ਉਹਨੂੰ ਉਹਦਾ ਚਲਾਨ ਭਰਿਆ ਗਿਆ ਔਰ ਉਹਨਾਂ ਨੂੰ ਸਕੂਲ ਦੇ ਵਿੱਚ ਸੈਮੀਨਾਰ ਲਾ ਕੇ ਅਵੇਅਰ ਵੀ ਕੀਤਾ ਗਿਆ ਔਰ ਇਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਔਰ ਜਿਹੜੇ ਬੱਚੇ ਇੱਥੇ ਬੁਲਟ ਮੋਟਰਸਾਈਕਲ ਦੇ ਕੋਈ ਇੱਧਰ ਉੱਧਰ ਗੇੜੀ ਕੱਢਦਾ ਜਾਂ ਉਹਨਾਂ ਦੇ ਨੰਬਰ ਛੋਟੇ ਆ ਪਲੇਟ 'ਤੇ ਲੱਗੇ ਹੋਏ ਪ੍ਰੋਪਰ ਜਿਹੜੇ ਆ ਉਹਨਾਂ ਦਾ ਨੰਬਰ ਨਹੀਂ ਲੱਗਾ ਹੋਇਆ ਤਾਂ ਉਹਨਾਂ ਨੂੰ ਬਾਊਂਡ ਕੀਤਾ ਜਾ ਰਿਹਾ। ਸੋ ਮੈਂ ਅਪੀਲ ਕਰਦਾ ਕਿ ਜਿਹੜੇ ਨੰਬਰ ਪਲੇਟਾਂ ਉਹ ਪ੍ਰੋਪਰ ਹੋਣੀਆਂ ਚਾਹੀਦੀਆਂ ਔਰ ਹੈਲਮਟ ਲੈ ਕੇ ਚੱਲਣਾ ਚਾਹੀਦਾ, ਜੇਕਰ ਕਾਰ ਚਲਾ ਰਹੇ ਹਾਂ ਸੀਟ ਬੈਲਟ ਵਗੈਰਾ ਲਗਾ ਕੇ ਚੱਲਣਾ ਚਾਹੀਦਾ। ਸੋ ਜੇਕਰ ਕੋਈ ਬੱਚਾ ਵੀ ਬਿਨਾਂ ਹੈਲਮਟ ਤੋਂ ਜਾਂ ਅੰਡਰੇਜ ਚੱਲੇਗਾ ਔਰ ਉਹਨਾਂ ਦੀ ਪਾਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਰ ਟੋਟਲ ਕਿੰਨੇ ਚਲਾਨ ਕੱਟੇ ਗਏ ਅੱਜ? ਕਰੀਬ 2 ਦਰਜਨ ਦੇ ਕਰੀਬ ਜਿਹੜੇ ਆ ਉਹ ਚਲਾਨ ਕੱਟੇ ਗਏ ਆ ਔਰ ਵਿੱਚ ਜਿਹੜੇ ਮੋਟਰਸਾਈਕਲ ਬਾਊਂਡ ਵੀ ਕੀਤੇ ਜਾ ਰਹੇ ਆ ਜੇਕਰ। ਸੋ ਮੈਂ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਔਰ ਜਿਸ ਤਰ੍ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਬਾਜ਼ਾਰ ਆ ਉਹਨਾਂ ਦੇ ਵਿੱਚ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਮਿਲ ਕੇ ਅਸੀਂ ਜਿਹੜੇ ਆ ਉਹਨਾਂ ਨੂੰ ਹਟਾਇਆ ਜਾ ਰਿਹਾ, ਜਿਸ ਤਰ੍ਹਾਂ ਕਿ ਆਪਣੇ ਦੁਕਾਨਾਂ ਦੇ ਬਾਹਰ ਸਮਾਨ ਕੱਢ ਕੇ ਲਗਾਇਆ ਗਿਆ ਔਰ ਜੇਕਰ ਫਿਰ ਵੀ ਲੋਕ ਨਹੀਂ ਹਟਣਗੇ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋ ਮੈਂ ਪਟਿਆਲਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ, ਸਾਡਾ ਪਟਿਆਲਾ ਸ਼ਹਿਰ ਹੈ ਇਹਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਈਏ ਅਤੇ ਟ੍ਰੈਫਿਕ 'ਤੇ ਜਿਸ ਤਰ੍ਹਾਂ ਜਾਮ ਲੱਗਦੇ ਆ ਉਹਨਾਂ ਤੋਂ ਰਹਿਤ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਪਣੇ ਦੁਕਾਨਾਂ ਸ਼ੋਪ ਦੇ ਅੱਗੇ ਜਿਹੜਾ ਸਮਾਨ ਰੱਖਦੇ ਉਹਨੂੰ ਅੰਦਰ ਹੀ ਰੱਖੀਏ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੋਵੇਗਾ ਜੇਕਰ ਸਾਡਾ ਸਾਥ ਦੇਣਗੇ, ਨਹੀਂ ਤਾਂ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ।